ਰਾਜਪੁਰਾ ਸਬ ਡਿਵੀਜ਼ਨ ਦੇ ਪਿੰਡ ਨੁਗਾਵਾਂ ਦੇ ਸੀਨੀਅਰ ਸੈਕੰਡਰੀ ਸਕੂਲ ਵੱਲੋਂ 9ਵੀਂ ਕਲਾਸ ਦੇ ਬੱਚਿਆਂ ਨੂੰ ਨਿੱਜੀ ਸੁਰੱਖਿਆ ਅਤੇ ਕਾਨੂੰਨ ਬਾਰੇ ਜਾਣਕਾਰੀ ਦੇਣ ਦੇ ਲਈ ਸ਼ੰਭੂ ਥਾਣੇ ਲਿਆਂਦਾ ਗਿਆ। ਇਸ ਕੈਂਪ ਦੀ ਅਗਵਾਈ ਸਕੂਲ ਟ੍ਰੇਨਰ ਮੈਡਮ ਤਰਨਜੀਤ ਕੌਰ ਨੇ ਕੀਤੀ। ਇਸ ਮੌਕੇ ਸ਼ੰਭੂ ਥਾਣਾ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਐਸਆਈ ਗੀਤਾ ਰਾਣੀ ਨੇ ਬੱਚਿਆਂ ਨੂੰ ਆਪਣੀ ਸੁਰੱਖਿਆ ਅਤੇ ਅਪਰਾਧਿਕ ਮਾਮਲਿਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸ਼ੰਭੂ ਥਾਣਾ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੱਲ੍ਹ ਸਮਾਜ ਦੇ ਵਿੱਚ ਵੱਧ ਰਹੇ ਲੜਕੀਆਂ ਅਤੇ ਅੱਤਿਆਚਾਰ ਅਤੇ ਨਾਬਾਲਗ ਬੱਚਿਆਂ ਨੂੰ ਕਾਨੂੰਨ ਅਤੇ ਅਪਰਾਧਿਕ ਬਾਰੇ ਜਾਣੂ ਕਰਵਾਇਆ ਗਿਆ ਹੈ ਅਤੇ ਬੱਚਿਆਂ ਨੂੰ ਔਖੇ ਸਮੇਂ ਵਰਤੇ ਜਾਣ ਵਾਲੇ ਪੁਲਿਸ ਹੈਲਪ ਨੰਬਰ ਵੀ ਦੱਸੇ ਗਏ। ਮੇਰਾ ਨਾਮ ਜਸਮੀਤ ਕੌਰ ਹੈ ਅਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਗਾਵਾਂ ਤੋਂ ਆਈ ਹਾਂ। ਅੱਜ ਸਾਡੇ ਟੀਚਰ ਸਾਨੂੰ ਸ਼ੰਭੂ ਥਾਣਾ 'ਤੇ ਲੈ ਕੇ ਸ਼ੰਭੂ ਥਾਣੇ 'ਤੇ ਲੈ ਕੇ ਆਏ ਨੇ। ਸਾਨੂੰ ਇੱਥੇ ਬਹੁਤ ਕੁਝ ਸਿੱਖਣ ਲਈ ਮਿਲਿਆ। ਸਾਨੂੰ ਕੁਝ ਟ੍ਰੈਫਿਕ ਦੇ ਰੂਲ ਦੱਸੇ ਗਏ ਅਤੇ ਸਾਨੂੰ ਹਵਾਲਾਤ ਮਤਲਬ ਜੇ ਸਾਨੂੰ ਮੁਨਸ਼ੀ 'ਚ ਰਿਪੋਰਟ ਕਿਵੇਂ ਦਰਜ ਕਰਵਾਉਣੀ ਹੈ ਇਸ ਬਾਰੇ ਦੱਸਿਆ ਗਿਆ। ਸਾਨੂੰ ਇੱਥੇ ਟ੍ਰੈਫਿਕ ਦੇ ਰੂਲਾਂ ਬਾਰੇ ਸਿਕਿਉਰਿਟੀ ਬਾਰੇ ਦੱਸਿਆ ਗਿਆ। FIR ਕਿਵੇਂ ਦਰਜ ਕਰਨੀ ਹੈ ਅਤੇ ਸਾਨੂੰ ਕੁਛ ਜ਼ਰੂਰੀ ਨੰਬਰ ਵੀ ਦਿੱਤੇ ਗਏ, ਹੈਲਪਲਾਈਨ ਨੰਬਰ। ਕੌਰ ਵੋਕੇਸ਼ਨਲ ਟ੍ਰੇਨਰ ਸਿਕਿਉਰਿਟੀ ਐਜ਼ ਆ ਸਰਕਾਰੀ ਸੀਨੀਅਰ ਸੈਕੰਡਰੀ ਨੁਗਾਵਾਂ ਸਕੂਲ ਤੋਂ। ਅੱਜ ਅਸੀਂ ਬੱਚਿਆਂ ਨੂੰ 9ਵੀਂ ਜਮਾਤ ਦੇ ਬੱਚਿਆਂ ਨੂੰ ਅਸੀਂ ਇੱਥੇ ਥਾਣਾ ਸ਼ੰਭੂ ਵਿਖੇ ਲੈ ਕੇ ਆਏ ਹਾਂ ਅਤੇ ਉੱਥੇ ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਸਬ ਇੰਸਪੈਕਟਰ ਗੀਤਾ ਰਾਣੀ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਬੱਚਿਆਂ ਨਾਲ। ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ FIR ਅਸੀਂ ਕਿੱਦਾਂ ਦਰਜ ਕਰਦੇ ਹਾਂ ਅਤੇ ਅਪਰਾਧ ਬਾਰੇ ਦੱਸਿਆ ਕਿੰਨੇ ਤਰ੍ਹਾਂ ਦੇ ਅਪਰਾਧ ਹੁੰਦੇ ਨੇ, ਇਹਨਾਂ ਸਾਰੀਆਂ ਚੀਜ਼ਾਂ ਬਾਰੇ ਬੱਚਿਆਂ ਨੂੰ ਸਮਝਾਇਆ। ਸਾਡੇ ਕੋਲ ਅੱਜ ਕਰੀਬ 20 ਤੋਂ 25 ਸਟੂਡੈਂਟ ਨੇ ਸਰਕਾਰੀ ਸੈਕੰਡਰੀ ਸਕੂਲ ਨੁਗਾਵਾਂ ਤੋਂ ਆਏ ਨੇ, ਜਿਨ੍ਹਾਂ ਨੂੰ ਅੱਜ ਸਿਕਿਉਰਿਟੀ ਅਰੇਂਜਮੈਂਟਸ ਬਾਰੇ ਅਤੇ ਥਾਣੇ ਦੀ ਵਿਜ਼ਿਟ ਕਰਵਾਈ ਗਈ ਹੈ, ਜਿਹਦੇ ਵਿੱਚ ਉਹਨਾਂ ਨੂੰ ਸਿਕਿਉਰਿਟੀ ਬਾਰੇ, ਉਹਨਾਂ ਦੇ ਸੈਲਫ ਡਿਫੈਂਸ ਬਾਰੇ ਅਤੇ ਕੁਛ ਕੁ ਹੋਰ ਜਿਹੜੇ FIRs ਵਗੈਰਾ ਹੈਗੀਆਂ ਨੇ ਉਹਦੇ ਬਾਰੇ ਸਾਰੀ ਨੌਲੇਜ ਦਿੱਤੀ ਗਈ ਹੈ। ਕੁਛ ਕੁ ਸਟੂਡੈਂਟਸ ਦੀ ਕੁਐਰੀਜ਼ ਸੀਗੀਆਂ ਜੋ ਕਲੀਅਰ ਕੀਤੀਆਂ ਗਈਆਂ ਨੇ, ਲਾਈਕ ਵੂਮੈਨ ਹੈਲਪਲਾਈਨ ਨੰਬਰ 181 ਨੰਬਰ, 100 ਕੰਟਰੋਲ ਰੂਮ ਦਾ ਨੰਬਰ ਹੈ ਜੋ ਉਹਦੇ ਬਾਰੇ ਸਟੂਡੈਂਟਸ ਨੂੰ ਦੱਸਿਆ ਗਿਆ। ਕੁਛ ਕੁ ਰਿਗਾਰਡਿੰਗ NDPS ਜੋ ਉਹਨਾਂ ਦੇ ਕੁਐਰੀਜ਼ ਸੀਗੀਆਂ ਸਟੂਡੈਂਟਸ ਸੀਆਂ, ਬੜੀ ਅੱਛੀ ਕੁਐਸਚਨਿੰਗ ਉਹਨਾਂ ਨੇ ਸਾਨੂੰ ਕੀਤੀ ਅਤੇ ਉਹਦੇ ਆਨਸਰ ਅਸੀਂ ਉਹਨਾਂ ਨੂੰ ਕੋਸ਼ਿਸ਼ ਕੀਤੀ ਹੈ ਕਿ ਪੂਰਾ ਵਧੀਆ ਤਰੀਕੇ ਨਾਲ ਉਹਨਾਂ ਨੂੰ ਅਸੀਂ ਦੱਸਿਆ ਗਿਆ ਸਾਰਾ। ਅਤੇ ਜਸਟ ਉਸ ਤੋਂ ਬਾਅਦ ਉਹਨਾਂ ਨੂੰ ਕੁਛ ਕੁ ਡਾਇਟ ਪ੍ਰੋਗਰਾਮ ਦਿੱਤਾ ਗਿਆ ਹੈਗਾ, ਜਿਵੇਂ ਜੋ ਸਟੂਡੈਂਟਸ ਚਾਹੁੰਦੇ ਸੀਗੇ, ਥਾਣਾ ਸਾਰਾ ਪ੍ਰੋਪਰ ਵਿਜ਼ਿਟ ਕਰਵਾਇਆ ਗਿਆ ਉਹਨਾਂ ਨੂੰ। ਥੈਂਕ ਯੂ।